ਪੂਰਾ ਇੱਕ ਚਮਚ ਥੋੜੀਆਂ ਜਿਹੀ ਉੱਪਰ ਪਾ ਲੈਂਦੇ ਹਾਂ ਤਾਂ ਕਿ
ਤੇਜ਼ ਹੋਣ ਹਾਂ ਜੀ ਵੀਰੋ ਉਹਨਾਂ ਆਪਾਂ ਵਿੱਚ ਐਡ ਕਰਦੇ ਆ ਜਿਹੜੇ ਪਿਆਜ਼ ਨੇ ਆਪਣੇ ਬਰਾਊਨ ਸ਼ਾਨ ਹੋ ਗਏ ਨੇ ਇੱਕ ਧੂਆਂ ਬਹੁਤ ਜ਼ਿਆਦਾ ਮੇਰੀ ਅੱਖਾਂ 'ਚ ਪਈ ਜਾਂਦਾ ਵਾ ਇਸ਼ਾਲ ਉਹਨਾਂ ਨੁਕਸਾਨ ਕਰਕੇ ਗਈ ਆ ਮੇਰੇ ਕੋਲ ਮਾਰ ਵੀ ਖਾ ਕੇ ਗਈ ਆ ਕਿਉਂਕਿ ਇਸ਼ਾਲ ਦੇ ਜਿਹੜੇ ਹਰਕਤਾਂ ਵਾ ਨਾ ਠੀਕ ਨਹੀਂ ਹੈਗੀਆਂ ਤੇ ਹੁਣ ਉਹਦੇ ਹੱਥ ਨਾ ਕੱਚ ਲੱਗ ਸਕਦਾ ਸੀਗਾ ਇਸੇ ਲਈ ਉਹ ਹੁਣ ਚਲੀ ਗਈ ਮਾਰ ਖਾ ਕੇ ਬਹੁਤ ਜ਼ਿਆਦਾ ਜੋ ਨਾ ਕੱਚ ਦੀਆਂ ਨਾ ਦੇਖੋ ਇਹਨੇ ਤੋ ਇਸ਼ਾਲ ਨੇ ਨਾ ਤੋੜਤੀ ਆ ਜ਼ਮੀਨ ਤੇ ਮਾਰ ਦਿੰਦੀ ਸੀ ਦੇਖ ਕੇ ਸ਼ੁਕਰ ਹੈ ਕਿ ਉਹਨਾਂ ਦਾ ਹੱਥ ਵਗੈਰਾ ਬਚ ਗਿਆ ਹਾਂਜੀ ਹਾਂਜੀ ਵੀਰੋ ਮਸਾਲਾ ਆਪਣਾ ਹੋ ਗਿਆ ਤਿਆਰ ਦੇਖੋ ਕੜਾਈ ਦਾ ਕੀ ਫਾਇਦਾ ਹੁੰਦਾ ਹੈਗਾ ਕਿ ਨੀਚੇ ਸਾਲੇ ਵਗੈਰਾ ਨਹੀਂ ਲੱਗਦਾ ਠੀਕ ਹੋ ਗਿਆ ਦੇਖੋ ਮਾਸ਼ਾਅੱਲਾ ਅੱਛੇ ਤਰੀਕੇ ਨਾਲ ਤਿਆਰ ਸ਼ਿਆਰ ਹੋ ਗਿਆ ਵਾ ਤੇ ਕਾਂ ਵੀ ਆਏ ਖੜੇ ਆ ਮੇਰੇ ਆਲੇ ਦੁਆਲੇ ਕਾਂ ਵੀ ਕਾਂ ਦੇਖੋ ਇੱਧਰ ਵੀ ਤੇ ਉੱਧਰ ਵੀ ਚਲ ਪਾਣੇ ਆਪਾਂ ਗੋਸ਼ਤ ਪਾੜ ਕੇ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਹਾਂਜੀ ਸਾਲੇ ਸਮਝੋ ਆਪਣਾ ਤਿਆਰ ਆ ਬਸ ਇਹਨੂੰ ਹੁਣ ਅੱਛੇ ਤਰੀਕੇ ਨਾਲ ਆਪਾਂ ਭੁੰਨਣਾ ਵਾ ਹਾਂਜੀ ਵੀਰੋ ਸਾਲੇ ਨਾਲ ਆਪਣਾ ਹੋ ਗਿਆ ਵਾ ਤਿਆਰ ਤੇ ਮੈਂ ਕਿਹਾ ਚਲੋ ਥੋੜੀ ਖੁਸ਼ਬੂ ਵੀ ਆਏ ਇਹਦੇ ਲਈ ਮੈਂ ਪਾ ਲਿਆ ਵਾ ਜੀਰਾ ਮਸਾਲਾ ਇਹਨੂੰ ਥੋੜਾ ਜਿਹਾ ਆਪਾਂ ਮਲਦੇ ਆ ਤਾਂ ਕਿ ਨਾ ਨਾਲ ਛਿਲਕਾ ਵਗੈਰਾ ਹੁੰਦਾ ਉਹ ਉਤਰ ਜਾਏ ਹਾਂਜੀ ਹੁਣ ਆਪਾਂ ਇਹਨੂੰ ਵਿੱਚ ਪਾਉਂਦੇ ਹਾਂ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਹੁਣ ਆਪਾਂ ਜੀਰਾ ਮਸਾਲਾ ਪਾਤਾ ਠੀਕ ਹੋ ਗਿਆ ਹੁਣ ਉੱਪਰ ਦਿੰਦੇ ਹਾਂ ਪਲੇਟ ਜਲਦੀ ਜਲਦੀ ਤਾਂ ਕਿ ਖੁਸ਼ਬੂ ਚਲੀ ਨਾ ਜਾਏ ਫਿਰ ਮੈਂ ਖੁਸ਼ਬੂ ਲੱਭਦੀ ਰਹਿ ਜਾ ਹਾਂਜੀ ਵੀਰੋ ਸਾਲਾ ਵਗੈਰਾ ਬਣਾ ਕੇ ਤੁਹਾਡੀ ਭੈਣ ਹੋ ਗਈ ਸੀ ਵਿਹਲੀ ਫਿਰ ਮੈਂ ਆਟਾ ਗੁੰਨ ਲਿਆ ਮੈਂ ਕਿਹਾ ਚੱਲ ਚੱਲ ਜਲਦੀ ਜਲਦੀ ਆਟਾ ਗੁੰਨ ਲਾ ਕਿਉਂਕਿ ਸਾਡੇ ਲੱਗੀ ਹੋਈ ਲੇਵਰ ਆਲੂ ਪਟੀਰੇ ਆ ਤੇ ਉਹ ਤੇ ਮੈਂ ਵੀਡੀਓ ਤੇ ਬਣਾ ਨਹੀਂ ਸਕਦੀ ਕਿਉਂਕਿ ਉੱਥੇ ਮਰਦ ਔਰਤਾਂ ਨਹੀਂ ਗਈਆਂ ਵਾ ਜੇ ਔਰਤਾਂ ਵੀ ਹੋਈਆਂ ਤੇ ਆਪਾਂ ਕਿਸੇ ਧੀ ਭੈਣ ਨੂੰ ਵਿੱਚ ਨਹੀਂ ਲਿਆਉਣਾ ਠੀਕ ਆ ਨਾ ਤੇ ਇਸ ਵਾਲੀ ਫਿਰ ਮੈਂ ਕਿਹਾ ਤੂੰ ਹੁਣ ਹਾਂਡੀ ਰੋਟੀ ਕਰ ਭਾਈ ਨੂੰ ਕਿਹਾ ਮੈਨੂੰ ਗੋਸ਼ਤ ਲਿਆ ਦੇ ਉਹਨੇ ਸਾਲੇ ਤੇ ਮੈਂ ਬਣਾ ਲਿਆ ਤੇ ਫਿਰ ਮੈਂ ਕਿਹਾ ਚੱਲ ਹੁਣ ਰੋਟੀਆਂ ਬਣਾਈਏ ਆਮ ਨਾਲ ਸਕੂਲੋਂ ਆਈ ਹੈ ਤੇ ਉਹਨਾਂ ਉਹਨੇ ਕੈਮਰਾ ਪਕੜਿਆ ਹੋਇਆ ਵਾ ਤੇ ਮੈਂ ਬਣਾ ਲਈਆਂ ਰੋਟੀਆਂ ਮੰਮਾ ਪੇੜੇ ਮੰਮਾ ਰੋਟੀਆਂ ਪੇੜੇ ਬਣਾ ਕੇ ਉੱਪਰ ਰੋਟੀ ਪਾਈ ਜਾਂਦੀ ਹੈ ਮੇਰਾ ਕਿ ਮੈਂ ਪਰਤਾਨੀ ਤੇ ਸੇਕ ਕੇ ਪੌਣੀ ਚ ਰੱਖ ਦਿੰਦੀ ਹਾਂ ਲੇਟ ਹੋ ਗਈ ਭਾਈ ਕਹਿੰਦਾ ਤੁਹਾਨੂੰ ਮੈਂ ਸੁਬਾਹ ਦਾ ਲੈ ਕੇ ਇੱਦਾਂ ਦਿੱਤਾ ਇੱਦਾਂ ਦਿੱਤਾ ਸੌ ਗੱਲਾਂ ਸੁਣੀਆਂ ਤੇ ਫਿਰ ਭਾਈ ਨੇ ਰੋਟੀਆਂ ਲੈ ਕੇ ਆ ਗਈਆਂ ਤੇ ਇਸੇ ਲਈ ਫਿਰ ਮੈਂ ਕਿਹਾ ਚਾਹ ਛਾ ਲਿਆ ਜਲਦੀ ਜਲਦੀ ਇਹਦਾ ਕੰਮ ਨੂੰ ਨਾ ਮੁਕੰਮਲ ਕਰ ਲਾ ਤੇ ਨਾਲੇ ਇਸੇ ਭਾਣੇ ਮੈਨੂੰ ਵੱਲ ਵੀ ਆ ਜੂਗਾ ਸਹੀ ਆ ਨਾ ਇੱਕ ਤਾਂ ਮੰਮਾ ਘਰ ਨਹੀਂ ਹੁੰਦੀ ਤੇ ਚਲੋ ਫਿਰ ਭਾਈ ਮੈਨੂੰ ਕਵੇ ਤੇ ਮੈਂ ਕਹਾਂ ਭਾਈ ਮੈਨੂੰ ਆਉਂਦੀ ਆ ਮੈਂ ਖੁਦ ਹੀ ਬਣਾ ਲੈਣੀ ਹਾਂਜੀ ਵੀਰ ਆਮਨਾ ਮੇਰੀ ਕਿਊਟ ਜੀ ਭੈਣ ਅੱਜ ਮੈਂ ਇਹਨੇ ਤੇ ਬੜੀ ਉਦਾਸ ਹੋਈ ਸਕੂਲ ਗਈ ਹੋਈ ਸੀ ਤੇ ਪੇਪਰ ਤੇਰਾ ਅੱਜ ਕਿਦਾਂ ਨਹੀਂਗਾ ਬਹੁਤ ਅੱਛਾ ਪੇਪਰ ਥਾ ਮਾਸ਼ਾਅੱਲਾ ਚਲੋ ਅੱਲਾ ਮੀਆਂ ਬੱਤੇ ਨੂੰ ਕਾਮਯਾਬ ਕਰੇ ਤੇ ਹਾਂਜੀ ਵੀਰ ਮੈਂ ਨਾ ਰੋਟੀ ਬਣਾ ਲਈ ਤੇ ਆਮਨਾ ਕਹਿੰਦੀ ਆਪ ਹੀ ਹੁਣ ਨਾ ਮੈਨੂੰ ਰੋਟੀ ਪਾ ਦੇ ਤੇ ਭਾਈ ਜਿਹੜਾ ਵਾ ਆਪੇ ਜੀ ਵੀਰ ਸਵੇਰ ਬੋਲਾ ਥਾ ਮੈਂ ਸਕੂਲ ਜਾ ਰਹੀ ਹਾਂ ਔਰ ਅਬ ਬੋਲਾ ਹੈ ਮੈਂ ਸਕੂਲ ਸੇ ਵਾਪਸ ਆ ਗਈ ਹਾਂ ਅਭੀ ਤਾਂ ਮੈਂਨੇ ਯੂਨੀਫਾਰਮ ਨਹੀਂ ਚੇਂਜ ਕੀਤਾ इस ओके यूनिफॉर्म अभी चेंज कर लेती हूँ और मैं मुझे लग गई है भूख और मैंने आप ही को बोला कि मुझे जल्दी से क्या 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 रोटी बना दो मैं रोटी हजम करके फिर मैं जाऊँगी ट्यूशन फिर अल्लाह अल्लाह और खैर अल्लाह हाँ जी वीरो रोटियां आप हो गया ने तैयार ਹੁਣ ਕਰਦੇ ਹਾਂ ਵੀਡੀਓ ਦਾ ਐਂਡ ਅਗਰ ਮੇਰੇ ਪਿਆਰ 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 ਭਾਈ ਮੇਰੀ ਵੀਡੀਓ ਅੱਛੀ ਲੱਗੀ ਲਾਈਕ ਕਰੋ ਸਬਸਕ੍ਰਾਈਬ ਕਰੋ ਤਾਂ ਕਿ ਹਰ ਆਉਣ ਵਾਲੀ ਵੀਡੀਓ ਬਾਅਦ ਸਾਰੀ ਨਾ ਮੇਰੇ ਪਿਆਰੇ ਪਿਆਰ ਭਾਈ ਤੱਕ ਪਹੁੰਚ ਸਕੇ ਮੈਂ ਤਾਂ ਜੀ ਪੈਨ ਸ਼ਾਜ਼ੀਆ ਮਿਲਾਂਗੇ ਅਗਲੀ ਵੀਡੀਓ 'ਚ ਦੁਆਵਾਂ 'ਚ ਹਮੇਸ਼ਾ ਯਾਦ ਰੱਖਿਓ ਅੱਲਾਹ ਹਾਫਿਜ਼